ਅੱਜ ਦਾ ਸਾਡਾ ਆਪਣਾ ਟੂਰ ਹੈ ਜੀ ਪੁਰਾਣੇ ਸ਼ਹਿਰ ਦੇ ਤੋਂ ਗੁਰਦਾਸਪੁਰ, ਗੁਰਦਾਸਪੁਰ ਤੋਂ ਬਹਿਰਾਮਪੁਰ, ਬਹਿਰਾਮਪੁਰ ਤੋਂ ਮਰਾੜਾ ਅਤੇ ਮਰਾੜੇ ਤੋਂ ਮਰਾੜਾ ਜਿਹੜਾ ਪੱਤਣ ਰਾਵੀ ਦਰਿਆ 'ਤੇ, ਅਤੇ ਆਓ ਚੱਲਦੇ ਅੱਜ ਰਾਵੀ ਦਰਿਆ 'ਤੇ। ਡੇਰਾ ਬਾਬਾ ਨਾਨਕ ਨਾ ਉਹਦੇ ਲਾਗੇ ਜਾ ਕੇ ਨਿਕਲਦੀ ਹੈ, ਰਾਵੀ 'ਚ ਹੀ ਮਿਲਦੀ ਹੋਣੀ ਉੱਥੇ ਜਾ ਕੇ ਨਾ। ਸ਼ਾਇਦ ਗਾਂ ਚਲੀ ਜਾਂਦੀ ਹੈ ਫਿਰ। ਕਿੱਥੇ ਜਾਂਦੀ ਰਾਵੀ 'ਚ? ਰਾਵੀ ਨਹੀਂ ਜਾਂਦੀ, ਰਾਵੀ 'ਚ ਲੱਗ ਗਈ ਸੀ ਪਾਕਿਸਤਾਨ ਇੱਧਰ। ਠੀਕ, ਹਾਂਜੀ, ਅੱਗੇ ਅੱਗੇ ਵੱਡੀ ਕੇ ਨਹਿਰ ਨਾਲ ਮਿਲ ਜਾਂਦੀ। ਚਲੋ ਓਕੇ ਓਕੇ। ਯਾ ਜੀ ਮਰਾੜਾ ਅੱਡਾ, ਜੇਕਰ ਅਸੀਂ ਉਹ ਪਰਲੀ ਸਾਈਡ ਤੋਂ ਜਾਂਦੇ ਹਾਂ ਪਿੱਪਲ ਤੋਂ ਪਰਲੇ ਬੰਨੇ ਨੂੰ, ਉੱਧਰ ਆਊਗਾ ਮਕੋੜਾ ਪੱਤਣ, ਅਤੇ ਇੱਧਰ ਇੱਧਰ ਮਰਾੜਾ ਪੱਤਣ, ਇੱਧਰ ਮਰਾੜਾ ਪੱਤਣ, ਉੱਧਰ ਮਕੋੜਾ ਪੱਤਣ ਅਤੇ ਇੱਧਰ ਮਰਾੜਾ ਪੱਤਣ। ਠੀਕ ਹੈ, ਹੁਣ ਅਸੀਂ ਜਾ ਰਹੇ ਹਾਂ ਜੀ ਰਾਵੀ ਦਰਿਆ ਦੇ ਉੱਤੇ, ਨਾਲ ਦਾ ਸਾਡੇ ਹੈ ਬੋਰਡ ਦਾ ਰੁੱਖ, ਅਤੇ ਇਹ ਹੈ ਜੀ ਰਾਵੀ ਦਰਿਆ ਮਰਾੜਾ ਪੱਤਣ, ਅਤੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਇਹ ਸਾਂਝਾ ਦਰਿਆ ਰਾਵੀ। ਅਤੇ ਇੱਥੇ ਪਲਟੂਨ ਪੁੱਲ ਹੀ, ਅਤੇ ਪਲਟੂਨ ਪੁੱਲ ਚੁੱਕੋ ਗਿਆ ਵਾ, ਅਤੇ ਜਿਹੜੇ ਅਗਲੇ ਪਿੰਡ ਆ ਉਹਨਾਂ ਦਾ ਸੰਪਰਕ ਇਸ ਪਿੰਡ ਇੱਧਰਲੇ ਜਿਹੜਾ ਗੁਰਦਾਸਪੁਰ ਦੀ ਹੱਦ ਆ ਉਹਦੇ ਨਾਲ ਉਹ ਟੁੱਟ ਗਿਆ ਜੀ। ਅਤੇ ਹੁਣ ਇੱਥੋਂ ਥੋੜ੍ਹੇ ਕੁ ਦਿਨਾਂ ਤੱਕ ਬੇੜੀ ਦਾ ਪ੍ਰਬੰਧ ਕੀਤਾ ਜਾਏਗਾ, ਬੇੜੀ ਚੱਲੇਗੀ ਇੱਥੋਂ, ਅਤੇ ਉਹ ਪਾਰ ਜਿੱਧਰ ਵੀਰ ਖੜ੍ਹੇ ਨੇ ਉੱਥੇ ਲਾਏ ਕਰੇਗੀ ਬੇੜੀ ਕੁਝ ਦਿਨਾਂ ਤੱਕ। ਅਤੇ ਇਹ ਵੇਖੋ ਜੀ ਜਾਨਵਰ ਪਾਣੀ ਪੀ ਰਹੇ ਕੁੜੀ। ਅਤੇ ਇਸ ਇਲਾਕੇ 'ਚ ਗੁੱਜਰ ਬਰਾਦਰੀ ਬਹੁਤ ਆ, ਕਿਉਂਕਿ ਇੱਥੇ ਪਾਣੀ ਦੀ ਬੜੀ ਸੁਵਿਧਾ ਵਾ, ਅਤੇ ਉਹ ਸਾਰੇ ਫਿਰ ਇਸ ਰਾਵੀ ਕਿਨਾਰੇ ਆ ਜਾਂਦੇ ਨੇ, ਪਰਲੀ ਸਾਈਡ ਵੀ ਅਤੇ ਦੋਵੇਂ ਪਾਸੇ ਸਾਡਾ ਤਾਂ। ਅਤੇ ਅੱਜ ਮੇਰੇ ਨਾਲ ਹੈਪੀ ਭਾਅ ਜੀ ਆਏ ਨੇ, ਅਤੇ ਇਹਨਾਂ ਨੇ ਬੜਾ ਸਾਥ ਦਿੱਤਾ, ਜਦੋਂ ਵੀ ਇਹਨਾਂ ਦੀ ਡਿਊਟੀ ਲਾਈਏ ਹੈ ਹਾਜ਼ਰ ਹੋ ਜਾਂਦੇ ਨੇ। ਰੁੜ ਗਿਆ ਤੁਹਾਡਾ ਅੱਜ ਸਵੇਰੇ? ਸਵੇਰੇ ਆਂਟੀ ਜੀ ਦੱਸਣ ਡਿਆ ਕਿ ਉਹ ਗੱਡਾ ਖੜਾ ਉਹਨਾਂ ਦਾ, ਅਤੇ ਜਦੋਂ ਸਵੇਰੇ ਆਏ ਸੀ ਤਾਂ ਉਦੋਂ ਪਾਣੀ ਬਿਲਕੁਲ ਹੰਨੀ ਸੀ, ਅਤੇ ਪਾਣੀ ਯਕਦਮ ਵੱਧ ਗਿਆ, ਅਤੇ ਆਹ ਬਾਪੂ ਜੀ ਵੀ ਜਿੱਦ ਕਰ ਰਿਹਾ, ਕਹਿੰਦੇ ਸਾਈਕਲ ਲੈ ਕੇ ਨਾ ਪਾਰ ਲੰਘਣਾ ਆਪਾਂ। ਬਾਪੂ ਜੀ ਇੱਥੇ ਹੀ ਆਪਾਂ ਇੱਥੋਂ ਆਏ ਹਾਂ, ਆਪਾਂ ਇੱਧਰੋਂ ਵੇਖਣ ਹੀ ਆਏ ਹਾਂ। ਸਵੇਰੇ ਪਾਣੀ ਘੱਟ ਹੀ? ਨਾ ਮੈਂ ਨਹੀਂ ਆਇਆ, ਮੈਂ 20 ਵਜੇ ਬਾਅਦ। ਜਾਦਪੁਰ? ਜਗਤਪੁਰ? ਹਾਂ ਜਾਦਪੁਰ ਬੇਟਾ, ਜੈਪੁਰ। ਉਹ ਜਾਦਪੁਰ ਜੀ? ਅੱਛਾ ਜੀ। ਪਰ ਇਹਨਾਂ ਦੀ ਸਲਾਹ ਲੈ ਲਓ ਉਹਨਾਂ ਬੰਦਿਆਂ ਦੀ, ਐਵੇਂ ਨਾ ਤੁਸੀਂ ਵੜ ਜਾਓ ਵਿੱਚ, ਪਾਣੀ ਜ਼ਿਆਦਾ, ਐਵੇਂ ਤੁਹਾਨੂੰ ਬਾਅਦ 'ਚ ਕਿੰਨਾ ਉੱਥੇ ਕੱਢਣਾ। ਇਹ ਫੌਜ ਦੇ ਬੰਕਰ ਹੈ ਜੀ, ਅਤੇ ਇਹ ਰਾਵੀ ਦੇ ਨਾਲ ਨਾਲ ਤੁਹਾਨੂੰ ਮਿਲਣਗੇ, ਇੱਕ ਆ ਵਾ ਇੱਕ ਉਹ ਗਾਂ ਵਾ, ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ। ਰਾਵੀ ਵਿੱਚ ਇਹ ਵੀ ਫੌਜ ਦਾ ਬੈਂਕਰ ਆ ਜੀ, ਤੇ ਉਹ ਦੇਖ ਲਓ ਰਾਵੀ ਕਿੱਦਾਂ ਵਲ ਖਾ ਕੇ ਤੇ ਆਉਂਦੀ ਹੋਈ ਆ, ਇੱਧਰ ਨੂੰ ਵਲ ਖਾ ਕੇ ਪਤਾ ਨਹੀਂ ਕਿੰਨੇ ਵਲ ਪਏ ਆ ਸੱਪ ਵਾਂਗੂ। ਅਤੇ ਮੈਂ ਕਿੱਦਾਂ ਸੁਣਿਆ ਕਿ ਰਾਵੀ ਜਿਹੜੀ ਆ ਨਾ ਇਹ ਜਿੱਥੋਂ ਚੱਲਦੀ ਆ ਉੱਥੋਂ ਲੈ ਕੇ ਅਤੇ ਗਾਂ ਜਦੋਂ ਵੀ ਜਾਂਦੀ ਆ ਨਾ 3 ਵਾਰ ਲੈਂਦੇ ਪੰਜਾਬ ਦੇ ਵਿੱਚ ਵੜਦੀ ਆ, ਮਤਲਬ ਕਿ ਪਾਕਿਸਤਾਨ ਜਾਂਦੀ ਆ ਫਿਰ ਇੰਡੀਆ 'ਚ ਆ ਜਾਂਦੀ ਆ, ਚੜ੍ਹਦੇ ਪੰਜਾਬ ਫਿਰ ਇੱਦਾਂ ਕਰਕੇ ਜੀ। ਅਤੇ ਇਹ ਸ਼ਤੀਰੀਆਂ, ਅਤੇ ਇਹ ਢੋਲ ਪਲਟੂਨ ਪੁੱਲ ਜਿਹਨੂੰ ਕਹਿ ਦਿੰਦੇ ਆ, ਅਤੇ ਇਹ ਰੱਖਤੇ ਇੱਥੇ, ਅਤੇ ਬਾਅਦ 'ਚ ਪੁੱਲ ਬਣੇਗਾ ਜਦੋਂ ਬਰਸਾਤਾਂ ਤੋਂ ਬਾਅਦ, ਅਤੇ ਇਹ ਸ਼ਤੀਰੀਆਂ ਜਿਹੜੀਆਂ ਥੱਲੇ ਪਛਾ ਇਹਦੇ ਉੱਤੇ ਪੈਣੀਆਂ, ਅਤੇ ਇਹ ਰੱਸੇ ਜੇ ਲੋਹੇ ਦੇ, ਅਤੇ ਇਹ ਹੈਪੀ ਭਾਅ ਜੀ, ਹੈਪੀ ਭਾਅ ਜੀ ਫੋਟੋ ਖਿੱਚ ਮੇਰੀ ਜਾਣ ਕੇ।
इधर मेला लगा हुआ है। इन्ना नुपरा पता कितने पहुंच गए अं। पीकन का लीचियां खानिया ने ते बूटे हो गए भरे पे है बूटे। अज असं आए हैं रावी के कंडे मराड़ा पत्तन ते परली साइड से मकोड़ा पत्तन जी की पहला वीडियो बना के तुम दस दी है। तो पानी की रवानगी अज पानी बहुत तेज हो गया वा तो बेड़ी नहीं पई हजे तक नहीं तो तुम अज बेड़ी से झूठा लैके दसना ही। विच मैनू तोल दिया कवितावां चल पत्र उठ ढूंढ चलिए फुलिया होया थारा चल पत्र उठ ढूंढ चलिए।